ਸਾਸੀ ਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸਿੰਘ ਲਾਲੀ ਅੱਜ 26 ਅਕਤੂਬਰ ਤੇ 26 ਮਈ ਨੂੰ ਇਹ ਝੋਨਾ ਸੀ ਡੀਐਸਆਰ ਕਰਿਆ ਸੀ ਪੂਰਾ 150 ਦਿਨ ਦਾ ਝੋਨਾ ਹੋ ਗਿਆ ਜੀ ਹੁਣ ਇਹ ਪੱਕ ਗਿਆ ਪੂਰੀ ਤਰ੍ਹਾਂ ਸੋ ਅੱਜ ਮਸ਼ੀਨ ਚੱਲਦੀ ਸੀ ਖੇਤ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਆਪਣੇ ਕਿਸਾਨ ਵੀਰਾਂ ਨਾਲ ਕੁਝ ਗੱਲਾਂ ਸ਼ੇਅਰ ਕਰੀਏ ਜੋ ਨਵੇਂ ਕਿਸਾਨ ਵੀਰ ਦੇਖ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਆ ਝੋਨਾ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਆਪੀ ਆਰ 128 ਦੇਖੋ ਬਹੁਤ ਸੋਹਣਾ ਇਹਦਾ ਰੰਗ ਆ ਤੇ ਆ ਜਿੱਥੇ ਕਮੈਨ ਚੱਲ ਰਹੀ ਹੈ ਜੀ ਇਹ ਸਾਡਾ ਪੂਸ਼ਾ 44 ਆ ਜਿਹੜਾ 150 ਦਿਨ ਦਾ ਹੋ ਗਿਆ ਪੂਰੀ ਤਰ੍ਹਾਂ ਪੱਕ ਚੁੱਕਿਆ ਤੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਅਸੀਂ ਹੱਥੀ ਕੋ ਝੋਨਾ ਕੱਟਿਆ ਤੇ ਝਾੜ ਰਹੇ ਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਅੱਜ ਤੋਂ ਨਸਾਰੇ ਵੇਲੇ ਮਹੀਨਾ 20 ਦਿਨ ਪਹਿਲਾਂ ਜਦੋਂ ਝੋਨਾ ਨਿਸਰ ਰਿਹਾ ਸੀ ਨਾ ਅਸੀਂ ਇਹਦੇ ਵਿੱਚ ਕੋਈ ਉੱਚੇ ਨੀਵੇਂ ਡਾਲ ਸੀ ਕੁਝ ਖਰਾਬ ਡਾਲ ਸੀ ਉਹਨਾਂ ਦੀ ਅਸੀਂ ਪੂਰੀ ਤਰ੍ਹਾਂ ਕਟਿੰਗ ਕਰ ਲਈ ਸੀ ਕੱਟ ਕੇ ਸੜਤੇ ਸੀ ਬਾਹਰ ਕਿਉਂਕਿ ਇੱਕ ਵਧੀਆ ਬੀ ਲਈ ਤੁਹਾਨੂੰ ਇੱਕ ਵਧੀਆ ਹੀ ਝੋਨਾ ਰੱਖਣਾ ਚਾਹੀਦਾ ਕਿਉਂਕਿ ਜੇ ਤੁਸੀਂ ਇੱਕ ਮਸ਼ੀਨ ਸਾਰੀ ਦੇ ਵਿੱਚੋਂ ਹੀ ਕੁਝ ਝੋਨਾ ਰੱਖਦੇ ਹੋ ਉਹਦੇ ਵਿੱਚ ਉੱਚੇ ਨੀਵੇਂ ਡਾਲ ਆ ਜਾਂਦੇ ਆ ਖੇਤ ਵੀ ਤੁਹਾਡਾ ਉੱਚ ਅਨੀਮਾ ਬਾਅਦ ਚ ਬੀ ਹੋ ਜਾਂਦਾ ਉਹ ਗਲਤ ਤਾਂ ਤੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵਧੀਆ ਬੀ ਤਿਆਰ ਹੋ ਜੂ ਜੇ ਵਧੀਆ ਬੀ ਹੋ ਤਾਂ ਤੁਹਾਡਾ ਝਾੜ ਵੀ ਬਹੁਤ ਵਧੀਆ ਹੋ ਨੰਬਰ 2 ਤੇ ਇੱਕ ਇਸ ਤਰ੍ਹਾਂ ਕਰਨਾ ਇੱਕ ਮਣਕੇ ਥੋਂ ਜਦੋਂ ਤੁਸੀਂ ਝਾੜਦੇ ਹੋ ਤੁਹਾਨੂੰ ਆਪਣੇ ਖੇਤ ਦੇ ਔਸਤ ਝਾੜ ਦੇ ਬਾਰੇ ਵੀ ਪਤਾ ਲੱਗ ਜਾਂਦਾ ਹੁਣ ਅੱਜ ਕਮੈਨ ਚੱਲ ਰਹੀ ਆ ਤਾਂ ਹਫਤੇ ਨੂੰ ਝੁਖੂਗਾ ਜੋ ਥੋਂ ਅਸੀਂ ਅੱਜ 3 ਵਿਸਵੇ ਮਣਕੇ ਝਾੜਿਆ ਸੀ ਤੇ ਉਹਨੂੰ ਸਾਫ਼ ਕਰਕੇ ਜਦੋਂ ਮੈਂ ਕੰਡਾ ਕਰਿਆ ਨਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਾਈ ਜੀ ਇੱਕ ਬਿਸਵੇਚੋਂ 45 ਕਿਲੋ ਚੌਲ ਹੋਏ ਨੇ ਤੇ ਇੱਕ ਬਿੱਗੇ ਦੇ ਵਿੱਚੋਂ 9 ਕੁਆਂਟਲ ਝੋਨਾ ਤੇ ਕੀਲੇ ਦੇ ਵਿੱਚੋਂ 45 ਕੁਆਂਟਲ ਝੋਨਾ ਨਿਕਲਿਆ ਬਹੁਤ ਹੀ ਵਧੀਆ ਝਾੜ ਆ ਲਾਸਟ ਵਾਰੀ ਵੀ ਬੀਜਿਆ ਸੀ ਇੰਨਾ ਹੀ ਝਾੜ ਸੀ ਪਰ ਥੋੜੀਆਂ ਜੀਆਂ ਸਮੱਸਿਆ ਆ ਗਈਆਂ ਸੀ ਸਾਡਾ ਝੋਨਾ ਪੂਰੀ ਤਰ੍ਹਾਂ ਡੇਪ ਪਿਆ ਸੀ ਥੋੜਾ ਜਿਹਾ ਬਿਸ ਗਿਆ ਸੀ ਉਹਦੇ ਕਈ ਕਾਰਨ ਸੀ ਕੁਝ ਤਾਂ ਜੀ ਅਸੀਂ ਝੋਨੇ ਨੂੰ ਪੂਸਾ 44 ਜਿੰਨਾ ਹੀ ਹੋਤੇ ਖਾਦ ਖਰਾਕ ਪਾਤੀ ਸੀ ਗਲਤ ਆ ਪੀਆਰ 128 ਹੈ ਇਹਨੂੰ ਥੋੜਾ ਜਿਆ ਤਕਰੀਬਨ ਇੱਕ ਬੋਰੀ ਹੀ ਘੱਟ ਤੁਹਾਨੂੰ ਯੂਰੀਆ ਪਾਉਣਾ ਚਾਹੀਦਾ ਤੇ ਇਹਦੇ ਉੱਤੇ ਉਲੀ ਨਾਸ਼ਕ ਦੀਆਂ ਦੋ ਸਪਰੇਹਾਂ ਕਰੋ ਅਸੀਂ ਵੀ ਨਤੀਬੋ ਤੇ ਐਮੀਸਟਰਾ ਟਾਪ ਕਰੀ ਸੀ ਤੇ ਤੇਲੇ ਤੋਂ ਚੈਸ ਕਰੀ ਆ ਜੋ ਤੁਹਾਡੇ ਸਾਹਮਣੇ ਰਿਜ਼ਲਟ ਨੇ ਦਿਖ ਰਹੇ ਨੇ ਇੱਕ ਤਾਂ ਝੋਨਾ ਸਾਰਾ ਹੀ ਹਰਾ ਪਿਆਗਾ ਇਹ ਡਿੱਗਿਆ ਨਹੀਂ ਇਹ ਕਈ ਕਾਰਨ ਸੀ ਕਈ ਮੇਰੇ ਵੀਰਾਂ ਦੇ ਫੋਨ ਵੀ ਆਏ ਮੈਸੇਜ ਵੀ ਆਏ ਬਾਈ ਜੀ ਸਾਡਾ ਝੋਨਾ ਨਹੀਂ ਵਧਿਆ ਹੋਇਆ ਸਾਨੂੰ ਇਹਨੇ ਬਰਬਾਦ ਕਰਤਾ ਜਾਂ ਸਾਡਾ ਡਿੱਗ ਪਿਆ ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ ਇੱਕ ਚੰਗੇ ਝਾੜ ਲਈ ਉਥੋਂ ਦੀ ਮਿੱਟੀ ਹਵਾ ਪਾਣੀ ਤੇ ਤੁਹਾਡਾ ਖਾਦ ਖਰਾਕ ਤੁਹਾਡੀਆਂ ਸਪਰੇ ਹਾਂ ਨਿਰਪਰ ਕਰਦੀਆਂ ਨੇ ਜੋ ਉਹਨੂੰ ਵਾਤਾਵਰਨ ਸਾਡਾ ਠੀਕ ਹੋਊ ਵਾਤਾਵਰਨ ਉਹ ਵਾਤਾਵਰਨ 'ਚ ਢਲ ਅਨੁਸਾਰ ਸੀ ਤੇ ਸਾਨੂੰ ਬੈਸਟ ਝਾੜ ਦੇਤਾ ਸੋ ਤੁਸੀਂ ਵੀ ਅਗਲੀ ਵਾਰੀ ਜਦੋਂ ਕਰੋਗੇ ਤਾਂ ਇਹਦੇ ਉੱਤੇ ਮੈਂ ਇਹ ਰਿਕਮੈਂਡ ਕਰੂੰ ਇੱਕ ਤੱਜ ਯੂਰੀਆ ਨਾਰਮਲ ਪਾਓ ਤੇ ਇੱਕ ਅਤੇ ਉਲੀ ਨਾਸ਼ਕ ਸਪਰੇਹਾਂ ਦੋ ਜ਼ਰੂਰ ਕਰੋ ਬਾਈ ਜੀ ਹੁਣ ਇਹਦਾ ਕੀ ਆ ਦੇਖੋ ਤੁਹਾਡੇ ਸਾਹਮਣੇ ਆ ਝੋਨਾ ਸਾਰਾ ਹਰਾ ਪਿਆ ਤੇ ਹਰਾ ਝੋਨਾ ਜੇ ਐਂਡ 'ਚ ਰਹੇ ਤਾਂ ਤੁਹਾਨੂੰ ਆਪਣੇ ਆਪ ਹੀ ਇਹਨੇ ਝਾੜ ਬੈਸਟ ਝਾੜ ਦੇਣਾ ਹੁੰਦਾ ਬਾਈ ਜੀ ਆਹ ਦੇਖੋ ਤੁਹਾਡੇ ਸਾਹਮਣੇ ਆ ਇਹ ਇਹਦੀ ਵੀ ਤਕਰੀਬਨ ਇਸ ਵਾਰ ਮੌਸਮ ਠੰਡਾ ਸੀ ਤੇ ਆ ਵੀ 140 45 ਦਿਨ ਲੈ ਚੁੱਕਿਆਗਾ ਪੂਸ਼ਾ ਦੇ ਬਰਾਬਰ ਜੀ ਆ ਤੁਸੀਂ ਸਾਡਾ ਦੂਜਾ ਖੇਤ ਦੇਖ ਰਹੇ ਹੋ ਆ ਪੂਸ਼ਾ 44 ਆ ਸਾਰਾ ਡੀਐਸਆਰ ਕਰਿਆ ਇਸ ਵਿੱਚ ਇਹਦੇ ਵਿੱਚ ਵੀ ਅਸੀਂ ਐਂ ਕਰਿਆ ਪੂਸ਼ਾ 44 ਦੇ ਬੀ ਲਈ ਵੀ ਅਸੀਂ ਇੱਕ ਬਿਸਵੇ ਥੋਂ ਨੂੰ ਜਿਵੇਂ 5-4 ਬਿਸਵੇ ਥੋਂ ਪ੍ਰੋਪਰ ਮਣਕੇ ਨੂੰ ਅੱਜ ਝਾੜ ਰਹੇ ਆ ਇਹਦੇ ਵਿੱਚੋਂ ਵੀ ਉੱਚੇ ਨੀਵੇਂ ਡਾਲ ਸੀ ਜਿਹੜੇ ਅਸੀਂ ਸਾਰੇ ਵੱਢ ਲਏ ਸੀ ਪੂਸ਼ਾ 44 ਦਾ ਵੀ ਝਾੜ ਬਹੁਤ ਸੋਹਣਾ 38 ਕੁਇੰਟਲ ਆ ਬਾਈ ਜੀ 38 ਕੁਇੰਟਲ ਪ੍ਰਤੀ ਕੀਲੇ ਦਾ ਝਾੜ ਆ ਇਹ ਵੀ ਬੈਸਟ ਝਾੜ ਕਹਿ ਸਕਦੇ ਹਾਂ ਸਾਡਾ ਏਰੀਆ ਜੀ ਦੇਖੋ ਇਹ 35-40 ਸਾਲ ਹੋ ਗਏ ਔਰ ਇਹ ਝੋਨਾ ਪੂਛਾ ਹੀ ਬੀਜਦੇ ਆ ਪੂਛਾ ਦੇ ਬਾਰੇ ਤਾਂ ਸਾਨੂੰ ਹਰੇਕ ਦਾ ਹੀ ਝਾੜ ਤਕਰੀਬਨ ਆਹੀ ਹੁੰਦਾ ਸੋ ਮੈਂ ਤਾਂ ਹਰ ਵੇਲੇ ਐਦਾਂ ਆਪਦਾ ਬੀ ਤਿਆਰ ਕਰਦਾ ਲਾਇ ਤਾਂ ਤੁਹਾਨੂੰ ਬੀ ਵਧੀਆ ਆਪਦਾ ਬੀ ਤਿਆਰ ਕਰ ਲੈਨੇ ਹੋ ਨਾਲੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਸੇਮ ਉਹੀ ਅੰਦਾਜ਼ਾ ਦਾ ਤੁਸੀਂ ਸਾਰੀ ਫਸਲ ਵੜਦੇ ਹੋ ਕੋਈ 2-4 ਕਿਲੋ ਇਧਰ ਉਧਰ ਹੋ ਸਕਦਾ ਸੇਮ ਆਹੀ ਝਾੜ ਹੁੰਦਾ ਸੋ ਆ ਦੇਖ ਲਓ ਤੁਹਾਡੇ ਸਾਹਮਣੇ ਆ ਲਾਸਟ ਚ ਸਾਰਾ ਝੋਨਾ ਸਾਡਾ ਪੱਕ ਚੁੱਕਿਆ ਪਰ ਹਜੇ ਵੀ ਹਰੇ ਹਰੇ ਵਾਈ ਹੋਈ ਪਈ ਆ ਇਹਦਾ ਕਾਰਨ ਯੂਰੀਆ ਘੱਟ ਪਾਉਣਾ ਤੇ ਉਲੀ ਨਾਸ਼ਕ ਸਪਰੇਹਾਂ ਕਰਨੀਆਂ ਤੇ ਆਪਾਂ ਚੈਸ ਦੀ ਵੀ ਇਹ ਤੇ ਤੇਲੇ ਤੇ ਕਰੀ ਆ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੇ ਏਰੀਏ 'ਚ ਕਿਹੜੀ ਕਿਸਮ ਆ ਤੇ ਕਿੰਨਾ ਝਾੜ ਆ ਜ਼ਰੂਰ ਦੱਸਿਓ ਸ਼ੁਕਰੀਆ ਭਾਈ ਜੀ